ਗਿਆ ਤੇ ਨਾਗੇ ਸੂਲੇ ਮਕਬੂਲ ਨਹੀਂ ਆਦਰੀ ਦੁਸ਼ਮਣ ਭਰਾ ਦੋਸਤਾਂ ਦੀ ਨਜ਼ਰ ਕਰਦਾ ਹਾਂ ਜਿਤਨੇ ਵੀ ਅਬਾਸੀ ਭਰਾ ਰਾਮ ਔਰ ਇੰਤਜ਼ਾਮੀਆਂ ਵਾਲੇ ਭਰਾ ਹੋ ਇਹਨਾਂ ਸਾਰਿਆਂ ਦੀ ਚਾਹਤਾਂ ਬੜੇ ਦੁੱਧ ਰੱਖਿਆ ਹੈ ਕਿਉਂਕਿ ਯਾਦ ਏ ਮਹਿਫਲ ਰਾਜਾ ਅਮਜਦ ਸਾਹਿਬ ਔਰ ਅਦਰੀ ਸਭਾ ਅਬਾਸੀ ਸਾਹਿਬ ਰਹੀ ਹੈ ਅੱਲਾਹ ਪਾਕ ਇਸ ਸਦਾਤ ਨੇ ਸਦਕਾ ਇਹਨਾਂ ਮਹਿਰੂਮਾਂ ਦੀਆਂ ਬਜ਼ਰ ਅਸਰ ਦੀਆਂ ਮੰਜ਼ਲਾਂ ਦੀ ਅਹਿਸਾਨ ਫਰਮਾਇਆ ਤੇ ਮੈਂ ਤੁਸੀਂ ਸਾਰੇ ਦੀ ਨਗਰ ਪੈਰ ਦੀ ਮਦਦ ਰੱਖਿਆ ਨਾ ਫਿਰ ਸੁਨੇ ਮਕਬੂਲ ਨੇ ਚੱਲ ਬੋਲ ਤੁਸੀਂ ਭਰਾ ਨਹੀਂ ਨਗਰ ਕਰਦਾ ਮੈਂ ਫਿਰ ਸੁਨੇ ਮਕਬੂਲ ਚੁਣਦੇ ਟਾਈਮ ਹੁਣ ਕਾਫੀ ਗੁਜ਼ਰੀ ਗਿਆ ਤੇ ਸਰਕਾਰ ਇਸੇ ਫਰਮਾਇਆ ਸਾਰੀ ਉਮਰ ਗੁਜ਼ਾਰੀ ਕਰਨਾ
Thank you.
ਦੱਸੋ ਗੱਲ ਇਹ ਫਰਮਾਇਸ਼ ਕਿਸੇ ਨੇ ਕੋਈ ਹੋਲੀ ਦੋ ਦੋ ਬੋਲ ਮਾਰੂ ਮਨ ਯਾਦ ਹੀ ਪੇਸ਼ ਕਰਦਾ ਕਿਸੇ ਨੇ ਕੋਈ ਫਰਮਾਇਸ਼ ਪਰ ਜਿਸ ਤਰ੍ਹਾਂ ਭਾਈ ਹੋਰਾਂ ਦਾ ਬੋਲਾ ਯਾਰੀ ਗੱਲ ਲਾਮੀਆਂ ਨੇ ਜਿਸ ਤਰ੍ਹਾਂ ਸੁਣ ਅਸਾਂ ਉਸ ਵਿੱਚ ਗੁਰਸਾਂ ਅਦਰੀਸ ਅਬਾਸੀ ਦੀ ਯਾਦ ਵਿੱਚ ਰਾਜੇ ਅਮਜਦ ਦੀ ਯਾਦ ਵਿੱਚ ਦੋ ਚਾਰ ਬੋਲ ਤੁਸੀਂ ਪੁਰਾਣੀ ਨਜ਼ਰ ਕਰਦੇ ਹਾਂ ਤੇ ਸਰਕਾਰ ਨੇ ਆਖਿਆ
ਸਾਡੇ ਪਾਏ ਦੁਨੀਆਂ ਚ ਸਦਾ ਬਸਾਈ ਨਹੀਂ ਹੋਣਾ, ਸਦਾ ਦੁਨੀਆਂ ਚ ਕਿਸੇ ਲਈ ਰਹਿਣਾ ਜਿਹੜਾ ਜਾਂਦੇ ਉਸ ਮਰਨਾ, ਲੇਕਿਨ ਮਰਨਾ ਤਾਂ ਉਸ ਦਾ ਮਰਨਾ ਹੈ ਜ਼ਮਾਨਾ ਜਿਸ ਕਾ ਕਰੇ ਮਾਤਮ, ਯੋ ਤੋ ਸਭੀ ਆਏ ਹੈ ਮਰਨੇ ਕੇ ਲਈ। ਬੰਦਾ ਮਰਿਆ ਤੋ ਉਹ ਬੰਦਾ ਆ ਜਿਸ ਕੀ ਚਾਰ ਬੰਦੇ ਯਾਦ ਕਰਾਂ। ਜਿਸ ਟਾਈਮ ਮੈਂ ਇੱਥੇ ਪਹੁੰਚਿਆ ਤੇ ਬਾਸੀ ਸਾਹਿਬ ਦੱਸਿਆ ਕਿ ਇਹ ਜਿਹੜੇ ਭਾਈ ਹੈ ਤਰੀਸ ਬਾਸੀ ਸਾਹਿਬ ਔਰ ਰਾਜਾ ਅਮਜਦ ਸਾਹਿਬ, ਇਹ ਇਸ ਮਹਿਫਲ ਦੇ ਰੂਹੇ ਰਵਾ ਹੋਣੇ ਹੋਣੇ ਸੀ ਕਿਸੇ ਟਾਈਮ। ਕੋਈ ਪਤਾ ਨਹੀਂ ਅਗਲੇ ਸਾਲ ਤੁਸਾਂ ਚੂ ਜਾਂ ਅਸਾਂ ਚੂ ਕਿਹੜਾ ਇੱਥੇ ਨਹੀਂ ਆਉਣਾ, ਲੇਕਿਨ ਜਿਨ੍ਹਾਂ ਨੇ ਭਰਾ ਬਜ਼ੁਰਗ ਦੋਸਤ ਪਿੱਛਾ ਹੋਣੇ ਉਹਨਾਂ ਦੇ ਭੁਲਾਉਣੇ ਨਹੀਂ ਬਲਕਿ ਉਹਨਾਂ ਦੀ ਯਾਦ ਰੱਖਣੇ। ਕਿਉਂ ਭਾਈ
ਗੁਜ਼ਾਰਿਸ਼ ਕਰਦਾ ਕਿ ਸਰਕਾਰ ਮੀਆਂ ਸਾਹਿਬਾਂ ਨੇ ਮਹਿਫਲ ਜਿਹੜੀ ਹੈ ਰਾਜੇ ਅਮਜਦ ਸਾਹਿਬ ਔਰ ਗਰੀਬ ਸੰਬਾਸੀ ਸਾਹਿਬ ਨੂੰ ਯਾਦ ਕੀਤੀ ਹੈ ਕਿ ਹੁਣ ਜਿਹੜੀ ਫਰਮਾਇਸ਼ ਇਹਨਾਂ ਆਦਰੀ ਮਾਰੂਮ ਦੀ ਯਾਦ ਵਿੱਚ ਸਾਰੇ ਚਾਹੀ ਉਹ ਨਾ ਕਿਸਾ ਹੋਣ ਕਿਉਂਕਿ ਤੁਸੀਂ ਸਾਡੇ ਸੰਗੀ ਦੋਸਤ ਦੇ ਸਾਰੇ ਉਹਨਾਂ ਦੀ ਯਾਦ ਵਿੱਚ ਸ਼ੇਰ ਜਿਹੜੇ ਹੁਣ ਮਾਰੂਮਾਂ ਦੀ ਯਾਦ ਵਿੱਚ ਪੜ ਸਾਹਿਬ ਜਿਹੜੇ ਕਿ ਐਸਾ ਕਿ ਲਿਖੇ ਦਿੱਤੇ ਕਿ ਇਰਸਮ ਸਾਹਿਬ ਨੇ ਲਿਖੇ ਹੋਏ ਕਦਰੀ ਸਦਾਸੀ ਸਾਹਿਬ ਦੀ ਯਾਦ ਸ਼ੇਰ ਸਰਕਾਰਾਂ ਨੇ
श्रीमती अदर हसी सिंह अदरीज अवासी साहब और उनके गवासी पिछड़ा कुछ इस अदा से तरफ में बदल गई। एक शख्स सारे शहर को वीरान कर गया। कुछ हस्तियां ऐसी हो गया जिन्हों नाल मेले पूरे पूरे ग्रह सजने होने जिन्हें वो इस दुनिया उठाने के फरदा फरमा जा हर शहर उजड़ी उजड़ी लगनी जनाब जी पेशे नजर जितने भी बैठे हुए सारे दोस्तों की चाहते हैं शेर अदरीज मर हो और अमजद अदासी मर हो मेरी याद शेर कुछ इस तरह है ਉਸ ਤੋਂ ਬਾਅਦ।